ਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਤਰ੍ਹਾਂ ਦੀਆਂ ਆਉਂਦੀਆਂ ਨੇ, ਤੁਸੀਂ ਦੇਖਦੇ ਹੋਵੋਗੇ, ਸਾਡੇ ਹੀ ਭਰਾ ਹੈ ਉਹ ਵੀ ਕਲਾਕਾਰ ਹੈ, ਪਰ ਉਹਦਾ ਤਾਂ ਕੋਈ ਕਸੂਰ ਨਹੀਂ, ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ, ਹੁਣ ਕੀ ਕਰੇ ਵਿਚਾਰਾ ਉਹ, ਖਿੱਲਾਂ ਖਾਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ, ਉਹ ਗੱਲ ਹੋ ਗਈ, ਉਹ ਤਾਂ ਆਪਦੀਆਂ ਮੌਜਾਂ ਕਰੀ ਜਾਂਦੇ, ਪਾਰਟੀ ਵਾਲੇ ਤਾਂ ਫਸਾ ਤਾ ਉਹਨੂੰ, ਪਰ ਕੋਈ ਗੱਲ ਨਹੀਂ, ਅਸੀਂ ਤਾਂ ਤੁਹਾਡੇ ਨਾਲ ਖੜਾਂਗੇ। ਮੈਂ ਤਾਂ ਕਿਸਾਨਾਂ ਦੇ ਮੁੱਦਿਆਂ 'ਤੇ ਵੀ ਰਾਤ ਦੇ 2-2 ਵਜੇ ਤੱਕ ਬਹਿੰਦਾ ਰਿਹਾ ਕਿ ਜੇ ਨਿਬੜ ਜੇ। ਮੈਂ ਇਹਨਾਂ ਨੂੰ ਵੀ ਕਹਿੰਦਾ ਸੈਂਟਰ ਨੂੰ ਹਰ ਰੋਜ਼ 130 ਲੱਖ ਮੀਟ੍ਰਿਕ ਟਨ ਕਣਕ ਦੇਊਂਗਾ, ਹੁਣ ਇਸ ਮਹੀਨੇ 130 ਲੱਖ ਮੀਟ੍ਰਿਕ ਟਨ ਦੇਸ਼ ਵਾਸਤੇ, 220 ਲੱਖ ਮੀਟ੍ਰਿਕ ਟਨ ਚੌਲ ਦੇਵਾਂਗੇ ਅਕਤੂਬਰ 'ਚ। ਅਤੇ ਮੈਂ ਕਿਹਾ ਜਦੋਂ ਚੌਲ ਅਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਂਦੇ ਹੋ, ਅਤੇ ਜਦੋਂ ਉਹ ਕਹਿੰਦੇ ਨੇ ਚੌਲ ਅਤੇ ਕਣਕ ਉਗਾਉਣ ਵਾਲੇ ਵੀ ਭਾਅ ਦੀ ਥੋੜ੍ਹੀ ਜਿਹੀ ਗੱਲ ਕਰ ਲਈ, ਥੋੜ੍ਹਾ ਜਿਹਾ ਵਧਾ ਦੋਗੇ, ਉਦੋਂ ਤੁਸੀਂ ਬਾਰਡਰ ਲਾ ਦਿੰਦੇ ਹੋ ਹਰਿਆਣੇ 'ਤੇ, ਤਾਰਾਂ ਲਾ ਦਿੰਦੇ ਹੋ, ਗੋਲੀਆਂ ਚਲਾਉਂਦੇ ਹੋ ਸਿੱਧੀਆਂ, ਉਦੋਂ ਤੁਸੀਂ ਅਥਰੂ ਗੈਸ ਦੇ ਗੋਲੇ ਛੱਡਦੇ ਹੋ, ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ? ਦਿੱਲੀ ਆਉਣਗੇ, ਹੁਣ ਮੈਂ ਲਾਹੌਰ ਭੇਜਿਆ ਉਹਨਾਂ ਨੂੰ, ਕਹਿੰਦੇ ਭਗਵੰਤ ਮਾਨ ਭੜਕਾਉਂਦਾ, ਮੈਂ ਕਿਉਂ ਭੜਕਾਊਂਗਾ ਬਈ ਕਿਸੇ ਨੂੰ? ਮੇਰਾ ਤਾਂ ਅੰਨਦਾਤਾ ਖੁਸ਼ ਰਹੇ, ਮੇਰਾ ਮੁਲਾਜ਼ਮ ਖੁਸ਼ ਰਹੇ, ਦੁਕਾਨਦਾਰ ਖੁਸ਼ ਰਹੇ, ਵਪਾਰੀ ਖੁਸ਼ ਰਹੇ, ਮੈਂ ਕੀ ਲੈਣਾ ਭੜਕਾ ਕੇ ਕਿਸੇ ਨੂੰ? ਅਸੀਂ ਭੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ। ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪੁਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ, ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ, ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਹਾਂ ਵਾਲਾ ਵਪਾਰ ਵਧੂਗਾ। ਇਹ ਸਾਈਕਲ ਹੈ, ਇਹ ਸਰਕਲ ਹੈ,